ਹੈਲੋ ਦੋਸਤੋ, ਤੁਹਾਡਾ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਜੁੜੇ ਰਹਿਣ ਲਈ, ਬਣੇ ਰਹਿਣ ਲਈ ਤੁਹਾਡਾ ਧੰਨਵਾਦ। ਆਏ ਦਿਨ ਅਸੀਂ ਤੁਹਾਨੂੰ ਟੀਚਰ ਬੇਸ ਨਿਊਜ਼ ਦਿੰਦੇ ਹਾਂ, ਕੋਈ ਨਵੀਂ ਜੋਬ ਹੋਵੇ ਉਹ ਵੀ ਦਿੰਦੇ ਹਾਂ। ਅਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅਧਿਆਪਕ ਸੰਘਰਸ਼ ਨੂੰ ਦਬਾਉਣ ਵਾਲੀ ਪਹੁੰਚ ਤਿਆਗੇ ਸਰਕਾਰ। ਮਤਲਬ ਇਹ ਅਧਿਆਪਕਾਂ ਨੂੰ ਲੈ ਕੇ ਇੱਕ ਨਿਊਜ਼ ਹੈ, ਜੋ ਕਿ ਆਰ ਐੱਮ ਪੀ ਆਈ ਵੱਲੋਂ ਅਧਿਆਪਕ ਅਤੇ ਵਿਦਿਆਰਥੀ ਸੰਘਰਸ਼ ਦਾ ਸਮਰਥਨ ਕਰਦੇ ਹੈ, ਉਹਨਾਂ ਪਾਸੋਂ ਇਹ ਨਿਊਜ਼ ਹੈ। ਪੂਰੀ ਨਿਊਜ਼ ਸੁਣੋ। ਇਹ ਹੈ ਕਿ 12 ਅਕਤੂਬਰ ਦੀ ਨਿਊਜ਼ ਅੱਜ ਦੀ, ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ ਐੱਮ ਪੀ ਆਈ ਨੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਦਬਾਉਣ ਵਾਲੀ ਜਾਂ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜਬਰਾਨਾ ਪਹੁੰਚ ਦੀ ਜ਼ੋਰਦਾਰ ਨਿਖੇਪੀ ਕਰਦਿਆਂ ਅਧਿਆਪਕ ਸੰਘਰਸ਼ ਦੇ ਮੁਕੰਮਲ ਸਮਰਥਨ ਦਾ ਐਲਾਨ ਕੀਤਾ ਹੈ। ਇੱਥੇ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ, ਆ ਤੁਸੀਂ ਦੇਖ ਵੀ ਸਕਦੇ ਹੋ, ਆ ਦੋ ਜਿਹੜੀਆਂ ਸਨੈਪਸ, ਜਿਹੜੀਆਂ ਫੋਟੋ ਵੀ ਆਈਆਂ ਹੋਈਆਂ ਆ ਵਾਲੀਆਂ, ਤੁਸੀਂ ਦੇਖੋ ਇਹਦੇ ਵਿੱਚ, ਦੋ ਫੋਟੋਜ਼ ਦੇ ਵਿੱਚ ਮੰਗਤ ਰਾਮ ਪਾਸਲਾ ਇੱਕ ਪਾਸੇ ਇਹਨਾਂ ਦੀ ਫੋਟੋ ਆ ਵਾਲੀ, ਇੱਕ ਪਾਸੇ ਹਰਕਵਲ ਸਿੰਘ ਇਹਨਾਂ ਦੀ ਫੋਟੋ ਹੈ। ਹੁਣ ਆਪਾਂ ਦੱਸਦੇ ਹਾਂ ਪੂਰੀ ਨਿਊਜ਼ ਹੈ ਕਿ ਇੱਥੇ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਸਾਥੀ ਹਰਕਮਲ ਸਿੰਘ ਨੇ ਕਿਹਾ ਹੈ ਕਿ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਵਾਸਤੇ ਉਹਨਾਂ ਦੀਆਂ ਮੌਜੂਦਾ ਤਨਖਾਹਾਂ 'ਚ 67% ਕਟੌਤੀ ਕਰਨ ਦੀ ਮਿਸਾਲ ਦੁਨੀਆ ਭਰ 'ਚ ਕਿਤੇ ਨਹੀਂ ਮਿਲਦੀ। ਆਹ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਆਹ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸ਼ਰਮਨਾਕ ਪਹੁੰਚ ਦੇਸ਼ ਦੇ ਕਾਨੂੰਨ ਦੇ ਖਿਲਾਫ਼ ਹੈ। ਵਰਣਨਯੋਗ ਹੈ ਕਿ ਪੰਜਾਬ ਸਰਕਾਰ ਦੀ ਜਬਰਾਨਾ ਪਹੁੰਚ ਖਿਲਾਫ਼ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਅਧਿਆਪਕਾਂ ਨੇ ਆਪਣੀਆਂ ਨੌਕਰੀਆਂ 'ਤੇ, ਅੱਗੋਂ ਵੀ ਪੜ੍ਹਦੇ ਹਾਂ ਕੀ ਲਿਖਿਆ ਹੈ, ਤਨਖਾਹ ਬਚਾਉਣ ਅਤੇ ਹੋਰ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪਟਿਆਲਾ 'ਚ ਪੱਕਾ ਮੋਰਚਾ ਲਾਇਆ ਹੋਇਆ ਹੈ ਅਤੇ 17 ਅਧਿਆਪਕ ਪਿਛਲੇ 6 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ। ਸਾਥੀ ਪਾਸਲਾ ਅਤੇ ਸਾਥੀ ਹਰਕਵਲ ਸਿੰਘ ਨੇ ਕਿਹਾ ਕਿ ਅੰਦੋਲਨਕਾਰੀ ਅਧਿਆਪਕਾਂ ਦਾ ਮਨੋਬਲ ਤੋੜਨ ਲਈ ਸਰਕਾਰ ਉਹਨਾਂ ਦੇ ਆਗੂਆਂ ਨੂੰ ਮੁਅੱਤਲ ਕਰਨ ਦੇ ਅਤੇ ਉਹਨਾਂ ਦੀਆਂ ਵੱਡੀ ਪੱਧਰ 'ਤੇ ਦੂਰ ਦੁਰਾਡੇ ਬਦਲੀਆਂ ਕਰਨ ਦੇ ਰਾਹ ਪਈ ਹੋਈ ਹੈ। ਇਹ ਅਣਮਨੁੱਖੀ ਕਾਰਵਾਈ ਦੀ ਜਿੰਨੀ ਨਿਖੇਪੀ ਕੀਤੀ ਜਾਵੇ ਘੱਟ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਖੁਦ ਦਖਲ ਦੇ ਕੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ। ਇਹ ਨਿਊਜ਼ ਵਧੀਆ ਹੈ ਜਿਹੜੀ ਟੀਚਰਾਂ ਨੂੰ ਲੈ ਕੇ ਹੈ। ਅਤੇ ਬਣੇ ਰਹੋ, ਹੋਰ ਵੀ ਤੁਹਾਨੂੰ ਅਸੀਂ ਨਿਊਜ਼ ਦਿੰਦੇ ਰਹਾਂਗੇ। ਸਾਡੇ ਚੈਨਲ ਨੂੰ ਤੁਸੀਂ ਲਾਈਕ ਜ਼ਰੂਰ ਕਰੋ ਅਤੇ ਸ਼ੇਅਰ ਜ਼ਰੂਰ ਕਰੋ, ਸਬਸਕ੍ਰਾਈਬ ਵੀ ਕਰੋ, ਲਾਈਕ ਸ਼ੇਅਰ ਕਰੋ। ਹਰ ਰੋਜ਼ ਵੀਡੀਓ ਦੇਵਾਂਗੇ, ਡੇਲੀ ਕੋਈ ਵੀ ਜੇ ਕੋਈ ਨੋਟੀਫਿਕੇਸ਼ਨ ਆਈ ਉਹ ਵੀ ਸਭ ਤੋਂ ਪਹਿਲਾਂ ਦੇਵਾਂਗੇ। ਬਣੇ ਰਹੋ ਸਾਡੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।